ਇੱਕ ਭਾਈ ਜ਼ਿਮੀਂਦਾਰ ਸੀਗਾ, ਉਹ ਵੱਧ ਲੈ ਕੇ ਵੱਗ ਗਿਆ ਮੰਡੀ 'ਤੇ। ਵੱਧ ਲੈ ਕੇ ਮੰਡੀ 'ਤੇ ਗਿਆ, ਅੱਗੇ ਭਾਈ ਟਾਈਮ ਇਹੋ ਜਿਹਾ ਤੀ, ਉਹਨੂੰ ਰਾਤ ਪੈ ਗਈ। ਉਹਨੇ ਤਾਂ ਭਾਈ ਕਿਤੇ ਖੁੱਲ੍ਹਾ ਜਿਹਾ ਘਰ ਦੇਖ ਕੇ ਬਲਦ ਬੰਨ ਤਾ। ਹੁਣ ਉਹ ਵੱਧ ਨਵਾਂ ਵਿਆਹ ਹੋਇਆ ਜ਼ਿਮੀਂਦਾਰ ਦਾ, ਉਹ ਵੀ ਖੇਤੋਂ ਆ ਗਿਆ। ਉਹਦੇ ਆਉਣ ਤੋਂ ਪਹਿਲਾਂ ਉਹਦੇ ਘਰ ਵਾਲੀ ਨੇ ਪਾਣੀ ਫੜਾਤਾ, ਮੰਜਾ ਡਾਹਤਾ, ਮੰਜੇ 'ਤੇ ਬਹਿ ਗਿਆ। ਹੁਣ ਘਰ ਵਾਲੀ ਜਾਣੇ ਨਾ ਵੀ ਕੌਣ ਇਹ। ਉਹ ਭਾਈ ਇਤਨੇ ਉਹਦੇ ਘਰ ਵਾਲਾ ਆ ਗਿਆ ਖੇਤੋਂ, ਉਹਨੇ ਆ ਕੇ ਬਲਦ ਬੰਨ ਕੇ ਕੱਖ ਪੱਠਾ ਪਾ ਕੇ ਉਹਨੇ ਹੱਥ ਮਿਲਾ ਲਿਆ। ਉਹਨੇ ਸੋਚਿਆ ਮੇਰੇ ਘਰ ਦੀ ਸਿਕਰੀ 'ਚ ਉਹ ਪੁੱਛਿਆ ਤੂੰ ਨਾ ਨਹੀਂ ਨਾ ਕਿਤੇ। ਉਹ ਭਾਈ ਉਹ ਕਹਿੰਦਾ ਵੀ ਐਂ ਕਰ, ਤੂੰ ਸਹੀ ਦਿਨ ਰੁੱਠ ਟੁੱਕਦਾ ਕਰ, ਮੈਂ ਸੇਵਾ ਕਰਾਂ। ਉਹਨੇ ਆਖੇ ਵੀ ਚੱਲ ਇਹਨਾਂ ਦਾ ਰਿਸ਼ਤੇਦਾਰ ਕਰ ਲੈਂਦੇ ਆਪਾਂ ਨੂੰ ਕੋਈ। ਉਹ ਭਾਈ ਨੇ ਤਾਂ ਮੁਰਗਾ ਮਰਗਾ ਲਿਆ, ਬੋਤਲ ਬਾਤਲ ਲਿਆ, ਖਾ ਪੀ ਲਈ। ਤੜਕੇ ਉਹ ਕਹਿੰਦਾ ਭਾਈ ਮੈਂ ਹੁਣ ਜਾਂਦਾ। ਬਲਦ ਖੋਲ ਲਿਆ, ਖੋਲ੍ਹ ਕੇ ਬਲਦ ਤੁਰ ਪਿਆ। ਉਹ ਕਹਿੰਦਾ ਚੱਲ ਤੈਨੂੰ ਮੈਂ ਛੱਡ ਕੇ ਆਵਾਂ। ਛੱਡਣ ਵੱਗ ਗਿਆ, ਥੋੜ੍ਹੀ ਕਹਾਣੀ ਦੂਰ ਛੱਡ ਕੇ ਮੁੜਿਆ ਆ। ਆਪਦੇ ਘਰ ਵਾਲੀ ਨੂੰ ਕਹਿੰਦਾ ਕੌਣ ਤੀ ਉਹ? ਕਹਿੰਦੀ ਜੀ ਮੈਨੂੰ ਕੀ ਪਤਾ ਤੁਹਾਡੀ ਸਿਕਰੀ 'ਚ ਉਹ। ਕਹਿੰਦਾ ਸਾਡੀ ਸਿਕਰੀ 'ਚ ਤਾਂ ਨਹੀਂ ਇਹ। ਕਹਿੰਦਾ ਮੈਂ ਤਾਂ ਬੋਤਲ ਪੀ ਗਿਆ, ਨਾਲੇ ਮੁਰਗਾ ਖਾ ਕੇ ਨਾਲੇ ਜਾਂਦਾ ਭੂੜਾ ਲੈ ਗਿਆ, ਉਹ ਤਾਂ ਮੁੜ ਵੱਕ ਨਹੀਂ ਗਿਆ ਆਰ ਵਾਲਿਆਂ ਨਾਲ। ਉਹ ਕਹਿੰਦਾ ਬਾਈ ਯਾਰ ਤੂੰ ਨਾ ਤਾਂ ਬੋਤਲ ਪੀ ਗਿਆ। ਕਹਿੰਦਾ ਮੈਂ ਤੁੱਥੋਂ ਮੰਗਾਈ ਤੀ ਯਾਰ। ਕਹਿੰਦਾ ਨਾ ਤੂੰ ਮੁਰਗਾ ਖਾ ਗਿਆ। ਕਹਿੰਦਾ ਮੈਂ ਤੁੱਥੋਂ ਮੰਗਾਇਆ ਤੀ ਬਾਈ। ਕਹਿੰਦਾ ਨਾ। ਕਹਿੰਦਾ ਨਾ ਤੂੰ ਭੂਰਾ ਲੈ ਗਿਆ। ਕਹਿੰਦਾ ਭੂਰਾ ਲੈ ਜਾਊਗਾ। ਉਹ ਕਹਿੰਦਾ ਫਿਰ ਐਂ ਕਰ, ਭੂਰਾ ਤਾਂ ਮੈਂ ਲਿਜਾਂਦਾ ਨਹੀਂ, ਕਹਿੰਦਾ ਮੇਰੇ ਨਾਲ ਪੱਗ ਬਟਾ ਲੈ ਜਾ, ਦੋਸਤ ਬਣ ਜਾ ਮੇਰਾ। ਉਹ ਕਹਿੰਦਾ ਬਟਾ ਲੈ, ਪੱਗ ਬਟਾ ਲਈ ਭਾਈ, ਦੋਸਤ ਬਣ ਗਿਆ ਵੀ ਦੀ। ਅਤੇ ਹੁਣ ਜਿੱਥੇ ਉਹ ਬਲਦ ਬੰਨਿਆ ਸੀ ਉਹਨੇ ਨੌਨਾਗਰੀ ਦੇ ਜੱਟ ਨੇ, ਉੱਥੇ ਭਾਈ ਕਾਲ ਪੈ ਗਿਆ, ਮੀਂਹ ਨਾ ਪਿਆ, ਭੁੱਖੇ ਮਰਨ ਲੱਗ ਗਏ ਲੋਕ। ਉਹ ਕਹਿੰਦੇ ਵੀ ਹੁਣ ਕਿਵੇਂ ਕਰੀਏ, ਕੋਈ ਕਦੋਂ ਬੱਚੇ ਹੋ ਗਏ ਤੁਹਾਨੂੰ ਨਾਲ ਸਮਾਨ ਕੇ, ਵੀ ਬੱਚੇ ਵੀ ਭੁੱਖੇ ਮਰਦੇ ਨੇ। ਕਹਿੰਦੇ ਵੀ ਸਕੀਰੀ ਵਾਲਾ ਵੀ ਨਹੀਂ ਕੋਈ ਉੱਠਦਾ ਆਪਾਂ ਨੂੰ, ਇੰਨਾ ਚਿਰ ਤਾਂ ਕਿਸੇ ਸਕੀਰੀ ਵਾਲੇ ਨੂੰ ਵੀ ਨਹੀਂ ਬੈਠਣ ਦੇਣਾ। ਕਹਿੰਦੀ ਫਿਰ ਕਹਿੰਦਾ ਐਂ ਕਰਦੇ ਹਾਂ, ਜਿਹੜਾ ਆਪਣੇ ਬਲਦ ਬੰਨ ਕੇ ਰਗਾ ਦੇ ਮੇਰਾ ਪੱਗ ਵਾਲ ਦੋਸਤ ਆ, ਉਹਦੇ ਕੋਲ ਚੱਲਦੇ ਹਾਂ। ਉਹ ਹੈਗਾ ਤੀ ਕਨਾਉਣ ਆ ਗਈ ਤਾਂ ਉੱਥੇ ਨਿਉਂ ਹੁੰਦਾ ਨਹੀਂ ਤੀ, ਕਨਾਉਂ ਹੁੰਦਾ ਤੀ। ਹੁਣ ਉਹ ਘੋੜੀ 'ਤੇ ਆਪਦੇ ਜਵਾਕ ਚੜ੍ਹਾ ਲਏ, ਆਪਦੇ ਘਰ ਵਾਲੀ ਚੜ੍ਹਾ ਲਈ, ਅਤੇ ਕਨਾਉਣ ਨਾਗਰੀ 'ਚ ਵੱਗ ਗਿਆ। ਕਨਾਉਣ ਨਾਗਰੀ ਦਾ ਕਸਾਈ ਬੈਠਾ ਤੀ ਬੱਕਰੀ ਵੱਢੋ ਸੱਥ ਦੇ ਵਿੱਚ। ਉਹਨੇ ਭਾਈ ਜਾ ਕੇ ਦੇਖਲਾ, ਜਦੋਂ ਉੱਥੇ ਸੱਥ ਵੇ ਦੀ ਲੰਘਣ ਲੱਗਿਆ, ਕਹਿੰਦਾ ਬਾਈ ਘੋੜੀ ਵੇਚਣੀ ਹੈ? ਕਹਿੰਦਾ ਬਾਈ ਵੇਚ ਦਿਆਂਗੇ। ਕਹਿੰਦਾ ਕਿੰਨੇ ਪੈਸੇ ਲੈਣੇ ਨੇ? ਕਹਿੰਦਾ 70 ਰੁਪਏ। ਉਹ ਕਹਿੰਦਾ ਸਭ ਕਾਸੇ ਦੀ? ਉਹਨੇ ਆਖੇ ਵਿੱਚ ਕਾਠੀ ਗੁਲਾਮ ਦੇ। ਕਹਿੰਦਾ ਉਹ ਕਹਿੰਦਾ ਹਾਂ ਬਾਈ, ਉਹਨੇ ਫੜਾ ਕੇ 70 ਰੁਪਏ ਕੁੰਡਾ ਗੁਲਾਮ ਫੜ ਲਿਆ। ਉਹ ਕਹਿੰਦਾ ਬਾਈ ਜਵਾਕ ਤਾਂ ਲਾ ਲਾ ਮੈਂ ਆਪਦੇ। ਕਹਿੰਦਾ ਨਾ ਨਾ, ਸਭ ਕਾਸੇ ਦੇ ਕਰੇ ਨੇ। ਉਹਨੇ ਉੱਥੇ ਬੈਠੇ ਤੀ ਪਏ, ਕਿ ਨਾ ਉਹ ਹੁੰਦਾ ਤੀ ਨਾ ਤਾਂ ਹੁੰਦੀ ਰਹੀ ਤੀ। ਕਹਿੰਦੇ ਵੀ ਹਾਂ ਸਭ ਕਾਸੇ ਦੇ ਕਰੇ ਨੇ। ਵਿਚਾਰਾ ਲੈ ਕੇ 70 ਰੁਪਏ ਜੱਟ ਦੇ ਘਰੇ ਵੱਗ ਗਿਆ ਬਲਦਾਲੇ ਦੇ। ਕਹਿੰਦਾ ਬਾਈ ਮੇਰੇ ਨਾਲ ਤਾਂ ਐਂ ਹੋਈ ਯਾਰ। ਕਹਿੰਦਾ ਕੋਈ ਨਾ, ਤੂੰ ਪੀ ਚਾਹ ਪਾਣੀ, ਮੈਂ ਲੈਣਾ ਮੜਵਾ ਕੇ। ਕਹਿੰਦਾ 70 ਰੁਪਏ ਲੈ ਜਾ। ਕਹਿੰਦਾ ਇਹ ਕਾਹਦੀ ਖਤਰਾ, ਇਹ ਵੀ ਰੱਖਾਂਗੇ। ਉਹਨੇ ਭਾਈ 5-6 ਰੁਪਏ ਆਪਦੇ ਕੋਲ ਲੈ ਲਏ ਟੁੱਟੇ। ਉੱਥੇ ਛੱਡ ਕੇ ਜਵਾਕਾਂ ਨੂੰ ਅਤੇ ਘੋੜੀ ਨੂੰ ਆਪਦੇ ਘਰੇ ਸੱਥ ਚਾ ਕੇ ਫਿਰ ਬਹਿ ਗਿਆ ਕਸਾਈ। ਹੁਣ ਉੱਧਰੋਂ ਭਾਈ ਉਹੀ ਬੰਦੇ ਬੈਠੇ ਨੇ ਸੱਥ 'ਚ। ਉਹ ਕਹਿੰਦਾ ਕਸਾਈ, ਕਹਿੰਦਾ ਯਾਰ ਮੈਂ ਸਿਰੀ ਲੈਣੀ ਹੈ। ਕਹਿੰਦਾ ਕਾਹਦੀ ਸਿਰੀ ਹੈ? ਕਹਿੰਦਾ ਕਾਸੇ ਦੀ ਮਰਜ਼ੀ ਲੈ ਲੈ। ਕਹਿੰਦਾ 1 ਰੁਪਏ ਤੋਂ ਲੈ ਕੇ 5 ਰੁਪਏ ਤੱਕ ਸਿਰੀ ਪਈ ਹੈ, ਜਿਹੜੀ ਮਰਜ਼ੀ ਲੈ ਲੈ। ਕਹਿੰਦਾ ਜਿਹੜੀ ਮਰਜ਼ੀ? ਕਹਿੰਦਾ ਹਾਂ। ਕਹਿੰਦਾ ਕਿਉਂ ਵੀ? ਕਹਿੰਦਾ ਨਾ। ਕਹਿੰਦਾ ਹਾਂ। ਕਹਿੰਦਾ ਚੱਕ 100 ਰੁਪਏ ਤੇਰੇ ਮੁੰਡੇ ਦੀ ਸਿਰੀ ਦੇ ਦੇ। ਉਹ ਕਹਿੰਦਾ ਤੈਨੂੰ 100 ਰੁਪਏ ਖਾਤਰ ਮੁੰਡੇ ਦੀ ਸਿਰੀ ਕਿਹੜਾ ਦੇ ਦੂ? ਕਹਿੰਦਾ ਤੈਨੂੰ 70 ਰੁਪਏ ਖਾਤਰ ਕੁੜੀ ਕਿਤੇ ਜਵਾਬ ਕਿਹੜਾ ਦੇ ਦੂ? ਜਾਂ ਤਾਂ ਮੁੰਡੇ ਦੀ ਸਿਰੀ ਦੇ। ਉਹ ਕਹਿੰਦੇ ਹਾਂ ਦੇ ਭਾਈ। ਜਾਂ ਕਹਿੰਦਾ ਇਹਦੇ ਘੋੜੀ 'ਤੇ ਜਵਾਕ ਮੋੜ ਭਾਈ, ਮੜਵਾ ਲਿਆ। ਹੁਣ ਮੁੰਡੇ ਦੀ ਸਿਰੀ ਕਿਹੜਾ ਦੂਗਾ?
ਲਿਆ ਕੇ ਕਹਿੰਦਾ ਲੈ ਆ ਸਾਡੇ ਇੱਥੋਂ ਦਾ ਨਿਉਂ ਕਨਿਉਂ ਨਿਉਂ ਨਹੀਂ ਉਰੇ ਹੁੰਦਾ, ਤੂੰ ਬਾਹਰ ਨਾ ਨਿਕਲੀ ਵੀਰ ਬਣ ਕੇ, ਜਿੰਨਾ ਚਿਰ ਤੇਰਾ ਕਾਲਾ ਇੱਥੇ ਬੈਠਾ ਰਿਹਾ। ਉਹ ਬੈਠਾ ਵੀ ਜ਼ਿਮੀਂਦਾਰ ਦੀ ਦਾੜੀ ਵੱਧ ਗਈ, ਉਹਨੇ ਆਖਿਆ ਵੀ ਦਾੜੀ ਮਨਾ ਲਈਏ, ਦਾੜੀ 'ਚ ਤਾਂ ਨਹੀਂ ਕੋਈ ਵਸਾਰੂ ਆਪਾਂ ਨੂੰ, ਹੁਣ 70 ਰੁਪਏ ਉਹਦੀ ਜੇਬ 'ਚ ਨੇ ਉਹ ਘੁੜੀ ਵਾਲੇ, ਉਹ ਤਾਂ ਰਾਜਾਰਾਮ ਕੋਲ ਵੱਗ ਗਿਆ ਭਾਈ। ਕਹਿੰਦਾ ਰਾਜਾਰਾਮ ਜੀ, ਕਹਿੰਦਾ ਹਾਂ, ਕਹਿੰਦਾ ਮੇਰੀ ਦਾੜੀ ਮੁੰਨ ਦੇ ਮੈਂ ਤੈਨੂੰ ਖੁਸ਼ ਕਰ ਦੂੰ। ਉਹ ਕਹਿੰਦਾ ਖੁਸ਼ ਕਰ ਦੇਂਦਾ? ਕਹਿੰਦਾ ਹਾਂ। ਉਹਨੇ ਦਾੜੀ ਮੁੰਨਤੀ, ਕਹਿੰਦਾ ਲੈ ਵੀ ਕਰ ਖੁਸ਼। 5 ਰੁਪਏ ਦਿੱਤੇ, 10 ਦਿੱਤੇ, ਉਹ ਕਾਹਨੂੰ ਖੁਸ਼ ਹੁੰਦਾ? 70 ਤੇ 70 ਰੁਪਏ ਦਿੱਤੇ, ਉਹ ਤਾਂ ਫਿਰ ਵੀ ਨਾ ਖੁਸ਼ ਹੋਇਆ। ਕਹਿੰਦਾ ਫਿਰ ਨਾ ਖੁਸ਼ ਹੋਇਆ। ਕਹਿੰਦਾ ਯਾਰ ਮੈਂ ਘਰੋਂ ਲਿਆ ਕੇ ਦਿੰਦਾ। ਕਹਿੰਦਾ ਇੰਨੇ ਟਾਈਮ 'ਚ ਆ ਜਾਣੀ ਤੇਰੇ ਮਗਰ ਪੁਲਿਸ ਤੁਰੂ, ਮੈਨੂੰ ਖੁਸ਼ ਕਰਕੇ ਜਾ, ਜਿੰਨਾ ਚਿਰ ਮੈਂ ਹੱਸਦਾ ਨਹੀਂ ਖੁਸ਼ ਨਹੀਂ ਹੁੰਦਾ ਉਨਾ ਚਿਰ ਮੈਂ ਉਹਨੂੰ ਜੀ ਚੱਲ। ਆਖੇ ਮੇਰਾ ਹਾ ਫਸ ਕੇ ਤਾਂ ਸਕੂਤੇ ਭੱਗ ਗਿਆ। ਘਰ ਜਾ ਕੇ ਕਹਿੰਦਾ ਬਾਈ ਮੈਨੂੰ ਤਾਂ ਐਂ ਹੋ ਗਈ ਯਾਰ, ਮੈਂ ਤਾਂ 70 ਰੁਪਏ ਲੈ ਲਏ, ਖੁਸ਼ ਤਾਂ ਹਜੇ ਨਹੀਂ ਹੋਇਆ। ਕਹਿੰਦਾ ਮੈਂ ਕਰਕੇ ਨਾ ਖੁਸ਼, ਤੂੰ ਘਰੇ ਬੈਠਾ। ਉਹਨੇ 2 ਬੰਦੇ ਨਾਲ ਪੁਲਿਸ ਦੇ ਲੈ ਲਏ ਜਾ ਕੇ। ਕਹਿੰਦਾ ਰਾਜਾ ਰਾਮ ਜੀ ਘਰੇ ਆ? ਕਹਿੰਦਾ ਹਾਂਜੀ ਘਰੇ ਆ। ਕਹਿੰਦਾ ਆਪਣੇ ਰਾਣੀ ਕੋਲ ਮੁੰਡਾ ਹੈ, ਤੂੰ ਖੁਸ਼ ਹੈ? ਜੇ ਤਾਂ ਹੁਣ ਖੁਸ਼ ਕਹਿੰਦਾ ਫਿਰ ਤਾਂ 70 ਰੁਪਏ ਮੁੜਦੇ ਨੇ, ਜੇ ਖੁਸ਼ ਨਹੀਂ ਕਹਿੰਦਾ ਤਾਂ ਪੁਲਿਸ ਕੁੱਟਦੀ ਆ ਵੀ ਆਪਣੇ ਰਾਣੀ ਦੇ ਮਸਾਂ ਮੁੰਡਾ ਹੋਇਆ, ਤੂੰ ਕਿਉਂ ਨਹੀਂ ਖੁਸ਼? ਸਾਰਾ ਸ਼ਹਿਰ ਖੁਸ਼ ਹੈ। ਉਹ ਕਹਿੰਦਾ ਜੀ ਮੈਂ ਤਾਂ ਖੁਸ਼ ਹਾਂ, ਬਾਗੋ ਬਾਗ ਹੈ। ਕਹਿੰਦਾ ਫਿਰ ਹੱਸਕ ਦਿਖਾ ਦੇ ਵੀ, ਹੱਸ ਪਿਆ ਉਹ। ਉਹ ਕਹਿੰਦਾ ਫੜਾ 70 ਰੁਪਏ। ਉਸ ਨੂੰ ਕਹਿੰਦਾ ਜਾਓ ਭਾਈ ਉਹਦੇ ਕੋਲ, ਉਹਨੂੰ ਉੱਥੋਂ ਕਢਾ ਲਿਆ। ਹੁਣ ਕਾਲਾ ਉਹ ਕਹਿੰਦਾ ਇੰਨਾ ਚਿਰ ਹੋ ਗਿਆ ਆਪਾਂ ਨੂੰ ਆਇਆ ਨੂੰ, ਆਪਾਂ ਮਾੜਾ ਜਿਹਾ ਪਿੰਡ ਜਾ ਕੇ ਪਤਾ ਕਰ ਲਈਏ ਵੀ ਕੀ ਆ, ਕਾਲ ਖੁੱਲ੍ਹ ਗਿਆ ਹੋਵੇ, ਮੀਂਹ ਪੈ ਗਿਆ ਹੋਵੇ। ਆ ਗਏ ਭਾਈ ਪਿੰਡ ਮੁੜੇ, ਉਹਨੇ ਵੀ ਸਾਰਾ ਸਮਾਨ ਬੰਨਤਾ ਚੁੱਲ੍ਹੇ ਦਾ, ਨਾਲ ਗੁੜਗੰਦੂ, ਅੱਗੇ ਗੁੜਗੜ ਹੁੰਦੇ, ਗੁੜਗੜ ਬੰਨਤਾ ਨਾਲ। ਅਤੇ ਹੁਣ ਭਾਈ ਕਹਿੰਦਾ ਵੀ ਐਂ ਕਹਿੰਦਾ ਸਿੱਧੀ ਡੰਡੀ ਤੁਰਿਆ ਜਾਈ, ਤੇਰੇ ਪਿੰਡ ਨੂੰ ਜਾਊਗੀ ਡੰਡੀਆਂ, ਕਈ ਪੱਟਣੀਆਂ ਕਿਸੇ ਪਾਸੇ ਨਾ ਪੱਟੀ, ਸਿੱਧੀ ਡੰਡੀ ਤੇਰੇ ਪਿੰਡ ਨੂੰ ਜਾਊ, ਰਾਹ 'ਚ ਸਾਡੇ ਪਾਲੀ ਖੇਡਦੇ ਹੋਵੇਗੇ। ਕਹਿੰਦਾ ਉਹਨਾਂ 'ਚ ਨਾ ਉਲਝ ਜੀ। ਕਹਿੰਦਾ ਚੰਗਾ, ਉਹ ਤਾਂ ਭਾਈ ਪਾਲੀ ਦੇ ਖੁਦੋ ਖੇਡਦੇ ਫਿਰਦੇ ਨੇ, ਹੋ ਗਈ ਖੁਦੋ ਹੋ ਗਈ, ਉਹਨਾਂ ਕਿ ਧਿਆਨ ਹੋ ਗਿਆ ਡੰਡੀ ਤਾਂ ਭੁੱਲ ਗਿਆ, ਉਹ ਡੰਡੀਆਂ ਕਈ ਹੋ ਗਈਆਂ। ਉਹ ਕਹਿੰਦਾ ਭਾਈ ਪਾਲੀ ਉਹ ਉਰੇ ਆਓ, ਮੈਨੂੰ ਡੰਡੀ ਦੱਸੋ, ਮੇਰੇ ਪਿੰਡ ਨੂੰ ਫਲਾਣੇ ਨੂੰ ਕਿਹੜੀ ਜਾਂਦੀ ਹੈ, ਪਾਲੀ ਖਾਣੂ ਹੁੰਦੇ ਨੇ ਵੀ ਖੇਡਦੇ ਲਾਲਚ 'ਚ। ਕਹਿੰਦਾ ਉਹ ਮੈਨੂੰ ਡੰਡੀ ਦੱਸ ਦਿਓ, ਤੁਹਾਨੂੰ ਬਾਹਲਾ ਸਾਰਾ ਕੁੱਟ ਦਿਓ, ਬਾਹਲਾ ਸਾਰਾ ਕਹਿ ਬੈਠਾ। ਕਿਉਂਕਿ ਭਾਈ ਪਾਲੀਆਂ ਨੇ ਕਹਿੰਦੇ ਵੀ ਆਹ ਜਾਂਦੇ ਆ ਤੇਰੇ ਫਲਾਣੇ ਪਿੰਡ ਨੂੰ ਡੰਡੀ, ਲਿਆ ਦੇ ਬਾਹਲਾ ਸਾਰਾ ਗੁੜ। ਹੁਣ ਜਿਹੜਾ ਚਾਰ ਆਦੀ ਪਾਲੀ ਸਾਰੇ ਖਾ ਗਏ ਗੁੜ, ਉਹ ਜੇ ਗਾਹਾਂ ਹੁੰਦਾ ਗਿੱਟੇ 'ਤੇ ਮਾਰਦੇ ਨੇ ਘੁੱਟਣਾ, ਕਹਿੰਦੇ ਦੇਖ ਬਾਹਲਾ ਸਾਰਾ ਗੁੜ। ਉਹ ਕਹਿੰਦਾ ਮੈਂ ਤੁਹਾਨੂੰ ਘਰੋਂ ਲਿਆ ਕੇ ਦਿੰਦਾ। ਆ ਗਿਆ ਕਹਿੰਦਾ ਭਾਈ ਨੇ ਤਾਂ ਸਾਰਾ ਤਾਂ ਗੁੜ ਖਾ ਗਏ ਮੇਰਾ ਯਾਰ, ਨਾਲੇ ਕਹਿੰਦਾ ਮੈਨੂੰ ਤਾਂ ਗਾਹਾਂ ਲੰਘਣੇ ਨਹੀਂ ਦਿੰਦੇ। ਕਹਿੰਦੇ ਵੀ ਸਾਨੂੰ ਤਾਂ ਬਾਹਲਾ ਸਾਰਾ ਦੇ ਕੇ ਜਾ। ਕਹਿੰਦਾ ਬਾਹਲਾ ਸਾਰਾ ਕਹਿਣਾ ਵੀ ਮਾੜਾ ਇੱਥੇ ਸਾਡੇ। ਉਹ ਕਹਿੰਦਾ ਚੱਲ ਫਿਰ ਹੁਣ, ਕਹਿੰਦਾ ਲੈ ਕਰ ਆਹ ਗੁੜ ਬੰਨ ਤਾਂ ਤੈਨੂੰ ਮੈਂ ਲੈ ਲਿਆ। ਉਹਨੇ ਕੱਡਲੀ ਵੱਡੀ ਲੈ ਲਈ, ਇੱਕ ਸੂਟੀ ਧਰ ਲਈ, ਹੱਥ 'ਤੇ ਧਰ ਲਈ। ਕਹਿੰਦਾ ਲੈ ਵੀ ਆ ਜਾਓ ਪਾਲੀ ਓਏ ਗੁੜ ਦੇ ਮਾਂ। ਹੁਣ ਪਾਲੀ ਆਪ ਦੀ ਲੜ ਪਿਆ ਕਿ ਉਹਦਾ ਆਖੇ ਮੈਂ ਵਾਹਲਾ ਲੈਣੇ, ਵੱਡੀ ਡਲੀ ਲੈਣੀ ਹੈ, ਉਹ ਆਖੇ ਮੈਂ ਵਾਹਲਾ ਲੈਣੇ। ਉਹ ਕਹਿੰਦਾ ਜਾ ਨੰਘ ਜੁੜ ਜਾਓ, ਨੰਘਾ ਤੇ ਭਾਈ। ਹੁਣ ਪਿੰਡ ਆਏ ਉੱਥੇ ਕਾਲ ਉਵੇਂ ਜਿਕਰੀ, ਜਦੋਂ ਕਾਲ ਪਿਆ ਹੋਇਆ ਉਹ ਆ ਕੇ ਖੇਤ ਗੇੜਾ ਮਾਰਨ ਵੱਗ ਗਿਆ। ਮੁੱਚੇ ਕਿਵੇਂ ਆ ਜ਼ਿਮੀਂਦਾਰ ਨੂੰ, ਮੈਂ ਖੇਤ ਬਣਾ ਤਾਂ ਫਿਰ ਵੀ ਨਹੀਂ ਸਕਦਾ। ਕੁਦਰਤੋਂ ਕਿਤੇ ਮਾਲਕ ਦੇ ਹੁਕਮ ਨਾਲ ਉਹਦੇ ਖੇਤ 'ਚ ਮਤੀਰਾਂ ਦੀ ਬੇਲ ਹਰੀ ਹੋਈ ਖੜੀ ਤੀ। ਉਹ ਆ ਕੇ ਸੱਥ 'ਚ ਲੱਗ ਗਿਆ ਗੱਲਾਂ ਕਰਨ। ਕਹਿੰਦਾ ਮੇਰੇ ਖੇਤ 'ਚ ਮਤੀਰਾਂ ਦੀ ਬੇਲ ਹਰੀ ਖੜੀ ਹੈ। ਉਹ ਕਹਿੰਦੇ ਬੀਜੇ ਤਾਂ ਦਾਣੇ ਨਹੀਂ ਹਰੇ ਹੁੰਦੇ, ਮਤੀਰਾਂ ਦੀ ਬੇਲ ਕਿਵੇਂ ਹਰੀ ਹੋਈ? ਇੰਨਾ ਸਿਰ ਤਾਂ ਉਹ ਮੀਂਹ ਨਹੀਂ ਪਿਆ, ਧਰਤੀ ਮੱਚੀ ਪਈ ਹੈ। ਉਹ ਕਹਿੰਦਾ ਵੀ ਲਾ ਲਓ ਸਰਤਾ, ਉੱਥੇ ਬੈਠਾ ਤੇ ਸੜਾ ਬੰਦਾ ਦਿਹਾੜੀ 'ਤੇ। ਉਹ ਕਹਿੰਦਾ ਵੀ ਮੇਰੇ ਨਾਲ ਆ ਸਰਤਾ, ਹੁਣ ਦੱਸ ਬੈਠਾ ਵੀ ਫਲਾਣੇ ਸਮੇਂ ਖੜੀ ਹੈ। ਉਹਨੇ ਲਾ ਲਈ ਸਰਤ ਵੀ ਜੇ ਤਾਂ ਬੇਲ ਖੜੀ ਹੋਈ ਤਾਂ ਤੁਹਾਡੀ ਚੀਜ਼ 'ਤੇ ਤੂੰ ਹੱਥ ਲਾ ਦੇਂਗਾ, ਮੈਂ ਤੈਨੂੰ ਦਿਊਂਗਾ। ਜੇ ਬੇਲ ਉੱਥੇ ਨਾ ਹੋਈ, ਜਿਹੜੀ ਚੀਜ਼ 'ਤੇ ਮੈਂ ਹੱਥ ਲਾਉਂ ਤੈਨੂੰ ਦੇਣੀ ਪਊ। ਕਹਿੰਦਾ ਵੀ ਠੀਕ ਹੈ, ਉਹਨੂੰ ਤਾਂ ਐਂ ਵੀ ਹੈਗੀ ਹੈ ਬੇਲ, ਸੜਾ ਤਾਂ ਰਾਤ ਨੂੰ ਬੇਲ ਪੱਟਿਆ, ਉਹ ਤਾਂ ਕੁਛ ਸੁੱਕੀ ਨਹੀਂ ਛੱਡਿਆ ਬੋਲਦਾ। ਤੜਕੇ ਨੂੰ ਜਦੋਂ ਸਭਾ ਦੇ ਬੰਦੇ ਗਏ, ਚਾਰ
ਜਿਹੜਾ ਮੇਰੇ ਸਾਹਮਣੇ ਸਰਤ ਲੱਗੀ ਤੀ ਉਹ ਜਾ ਕੇ ਦੇਖਿਆ ਉੱਥੇ ਵੇਲਣਾ ਵੇਲਣਾ ਭਾਈ ਸਰਤ ਹਰ ਗਿਆ ਉਹ ਭਾਈ ਕਹਿੰਦੇ ਕਿ ਵੀ ਪਰਸੋਂ ਨੂੰ ਸਰਤ ਦਿਉਂ ਭਾਈ ਮੈਂ ਹੁਣ ਦੋ ਦਿਨਾਂ ਦਾ ਟਾਈਮ ਲੈ ਲਿਆ ਕਹਿੰਦੇ ਵੀ ਕੋਈ ਨਾ ਤੂੰ ਮੈਂ ਲੱਗ ਗਿਆ ਕਹਿਣ ਉਹਨੂੰ ਮੇਰਾ ਸਾਰਾ ਵਿਆਹ ਜਾਵੇਗਾ ਇਹਦੇ ਘਰ ਵਾਲੀ ਦੇ ਹੱਥ ਲਾ ਦੀ ਉਹ ਮਿਲ ਜੂ ਤੈਨੂੰ ਉਹ ਕਹਿੰਦਾ ਹਾਂ ਜੀ ਕਰੂੰ ਭਾਈ ਉਹਨੇ ਕੀ ਕੀਤਾ ਜਦੋਂ ਸਾਡਾ ਭਾਈ ਦਾ ਪੂਰਾ ਉਬਲਿਆ ਹੜਾ ਵੀ ਮੈਂ ਤਾਂ ਹੁਣ ਵਿਆਹ ਜਾਊਂਗਾ ਇਹਦੇ ਘਰ ਵਾਲੀ ਖੋਲ ਲਿਆ ਹੂੰ ਸਰਤ ਲਾ ਕੇ ਜਿਹਦੀ ਮਰਜ਼ੀ ਜਿਹਦੇ ਹੱਥ ਲਾ ਦੇ ਮੈਂ ਉਹ ਕਹਿੰਦਾ ਹੁਣ ਕਿਵੇਂ ਕਰਾਂਗੇ ਉਹ ਤਾਂ ਤੇਰੇ ਹੱਥ ਲਓ ਮੈਨੂੰ ਜਵਾਕ ਪਾਉਣੇ ਔਖੇ ਹੋ ਜਾਣਗੇ ਕਹਿੰਦੀ ਉਸੇ ਕਿਨੇ ਉਹ ਨਾਗਰੀ ਵਾਲੇ ਜੱਟ ਕੋਲੇ ਜਾ ਫਿਰ ਉਹ ਕੱਢੂ ਤੈਨੂੰ ਬਲਿੰਜੇ 'ਚ ਹੋਰ ਨਹੀਂ ਕੋਈ ਕੱਢਦਾ ਵੱਗ ਗਿਆ ਭਾਈ ਕਹਿੰਦਾ ਯਾਰ ਭਾਈ ਮੇਰੇ ਨਾਲ ਤਾਂ ਐਂ ਹੋਈ ਪਿੰਡ ਜਾ ਕੇ ਮੈਂ ਤਾਂ ਸਰਤ ਹਰ ਗਿਆ ਕਹਿੰਦਾ ਬੰਦਾ ਸੜਾ ਉਹ ਤਾਂ ਮੇਰੇ ਟੱਬਰ ਦੇ ਹੱਥ ਲਊਗਾ ਕਹਿੰਦਾ ਪੌੜੀ ਹੈਗੀ ਹੈ ਕਹਿੰਦਾ ਹਾਂ ਪੌੜੀ ਹੈਗੀ ਆ ਉਹਨੇ ਚੱਕ ਲਿਆ ਕੋਕਣਾ ਖੁੰਡਾ ਕਹਿੰਦਾ ਚੱਲ ਫਿਰ ਆ ਗਏ ਕਹਿੰਦਾ ਲੈ ਕਰ ਪੌੜੀ ਲਾ ਕੇ ਤਾਂ ਕੱਤਣ ਲੱਗ ਜਾ ਤੂੰ ਤਾਂ ਉਹਨੂੰ ਭਾਈ ਕੱਤਣ ਲਾਤਾ ਕੋਠੇ 'ਤੇ ਪੌੜੀ ਦਿੱਤੀ ਲਾ ਅਤੇ ਕਹਿੰਦਾ ਸੱਦ ਲਾ ਸਰਤ ਵਾਲੇ ਨੂੰ ਉਹਨੇ ਆ ਕੇ ਕਹਿਤਾ ਵੀ ਸਭਾ 'ਚ ਬੈਠੇ ਜਿਹੜੇ ਬੰਦੇ ਵੀ ਆ ਜਾਓ ਭਾਈ ਸਰਤ ਲਿਓ ਜੀ ਹੁਣ ਤੂੰ ਮੈਂ ਜਾਂਦੇ ਨਾ ਤੂੰ ਕੂਣੀਆਂ ਮਾਰਦੇ ਵੀ ਮੇਰਾ ਸਾਰਾ ਵਿਆਹ ਜਾਵੇਗਾ ਟੱਪਰ ਵਾਜੂ ਤੇਰੇ ਕੋਲ ਤੂੰ ਉਹਦੇ ਘਰ ਵਾਲੀ ਦੇ ਹੱਥ ਨਹੀਂ ਕਹਿੰਦਾ ਐਂ ਕਰੂੰ ਉਹਨੂੰ ਐਂ ਤਾਂ ਸੋਚਿਆ ਨਾ ਜਦੋਂ ਭਾਈ ਗਾਹਾਂ ਵੱਗ ਗਏ ਉਹਦੇ ਕੋਲ ਉਹ ਕਹਿੰਦਾ ਉਹ ਭਾਈ ਕਿਵੇਂ ਆਇਓ ਕਹਿੰਦਾ ਜੀ ਐਂ ਕਰਕੇ ਬੰਦੇ ਨਾਲ ਸਰਤ ਲੱਗੇ ਸੀ ਸਰਤ ਲੈਣੀ ਆ ਕਹਿੰਦਾ ਵੀ ਸਰਤ ਕਿਵੇਂ ਲੱਗੀ ਹੈ ਉਹਨੇ ਰਝਾ ਲਿਆ ਉਹਦੇ ਧਿਆਨ ਹੀ ਨਹੀਂ ਜਾਣ ਦਿੱਤਾ ਕਹਿੰਦਾ ਵੀ ਸਰਤ ਲੱਗੀ ਆ ਸਾਡੀ ਇਹ ਚੀਜ਼ ਦੀ ਵੀ ਜਿਹੜੀ ਚੀਜ਼ ਦੇ ਹੱਥ ਲਾ ਦੂ ਇਹ ਕਹਿੰਦਾ ਭਾਈ ਐਂ ਆ ਘੋੜੀ ਖੜੀ ਆ ਜੀ ਇਹਦੇ ਹੱਥ ਲਾ ਦਿਓ ਕਿਤੇ ਐਂ ਨਾ ਵੀ ਘੋੜੀ ਮਗਰ ਬੇਫਿੱਟ ਕਰਕੇ ਤੁਸੀਂ ਘਰ ਦੇ ਹੱਥ ਲਾ ਦਿਓ ਇੱਕ ਚੀਜ਼ ਦੇ ਹੱਥ ਲਾ ਦਿਓ ਜਿਹੜੀ ਤਾਂ ਮਰਜ਼ੀ ਲਾ ਦਿਓ ਉਹ ਭਾਈ ਜੇ ਤਾਂ ਹੁਣ ਸਿਆਣਾ ਹੁੰਦਾ ਫਿਰ ਤਾਂ ਕਹਿੰਦਾ ਵੀ ਉਹਨੂੰ ਥੱਲੇ ਤਾਰੋ ਹੁਣ ਕੋਈ ਚੜ ਗਿਆ ਪੌੜੀਏ ਜਦੋਂ ਦਸਵੇਂ ਡੰਡੇ 'ਤੇ ਪਾ ਕੇ ਉਹਨੇ ਮਾਰ ਕੇ ਕੋਕਲਾ ਖੁੰਡਾ ਥੱਲੇ ਮਾਰਿਆ ਕਹਿੰਦਾ ਉਹ ਇੱਕ ਡੰਡੇ ਦੇ ਹੱਥ ਲਾ ਕੇ ਨਹੀਂ ਰੱਜਿਆ ਦੋ ਦਿਨ ਰੱਜਿਆ 10 ਡੰਡਿਆਂ ਦੇ ਹੱਥ ਲਾਤਾ ਜਾ ਭਾਜਾ ਕਹਿੰਦਾ ਪੌੜੀ ਵੀ ਨਹੀਂ ਦਿੰਦਾ ਮੈਂ ਤੈਨੂੰ ਹੁਣ ਕੋਈ ਭਾਈ ਉਹਨੂੰ ਉਹ ਕਹਿੰਦੀ ਵੀ ਉਹ ਤਾਂ ਹੁਣ ਮੁੜਨੇ 'ਤੇ ਮੁੜ ਗਏ ਚਲ ਉਹ ਕਹਿੰਦਾ ਵੀ ਹੁਣ ਕਰਮ ਹੋ ਜਾ ਐਂਸ਼ ਕਰ ਹੁਣ ਕੱਟ ਦੇ ਇੱਕ ਭਾਈ ਜ਼ਿਮੀਂਦਾਰ ਸੀ ਵਿਚਾਰੇ ਦੇ ਘਰੇ ਆ ਗਈ ਗਰੀਬੀ ਬਾਈ ਕੁਛ ਜਵਾਕਾਂ ਤਾਂ ਉਹਨੇ ਮੰਗਣੇ ਆ ਕੁਛ ਮੰਗਦਾ ਕੋਈ ਕੁਛ ਮੰਗਦਾ ਉਹਨੇ ਆਖਿਆ ਵੀ ਇਹਦਾ ਪਿੰਡੀ ਛੱਡ ਪਰਾਂ ਯਾਰ ਘਰ ਹੀ ਛੱਡੋ ਅੱਕ ਕੇ ਵਿਚਾਰਾ ਗਰੀਬੀ ਦਾ ਸੰਤਾਇਆ ਘਰੋਂ ਨਿਕਲ ਗਿਆ ਤੁਰਿਆ ਫਿਰਦਾ ਰਿਹਾ ਰੂਹੀਆਂ ਰੰਜਾਂ 'ਚ ਬਾਬਾ ਨਾਨਕ ਅਤੇ ਭਾਈ ਬਾਲਾ ਅਤੇ ਮਰਦਾਨਾ ਲੰਘੇ ਜਾਂਦੇ ਨੇ ਉਹ ਤਾਂ ਮਗਰ ਲੱਗ ਲਿਆ ਜ਼ਿਮੀਂਦਾਰ ਉਹਨੇ ਆਖਿਆ ਵੀ ਆਹ ਸਾਧ ਦੇ ਜਾਂਦੇ ਨੇ ਇਹਨਾਂ ਨਾਲ ਲਾਉਂਦੇ ਆਪਾਂ ਰਸਨ ਕਿਉਂਕਿ ਭਾਈ ਬਾਬਾ ਨਾਨਕ ਹੁਣ ਜਾਣੀ ਜਾਣ ਬਾਬੇ ਨਾਨਕ ਨੇ ਭਾਈ ਮਰਦਾਨੇ ਨੇ ਪੁੱਛਿਆ ਕਹਿੰਦਾ ਬਾਬਾ ਹਾਂ ਹਾਂ ਕਹਿੰਦਾ ਇਹ ਜਦੋਂ ਸਿਹਾਰਾ ਮਾਰਿਆ ਵੀ ਇਹ ਮੈਂ ਆਪਣੇ ਮਗਰ ਲੱਗ ਗਿਆ ਕਹਿੰਦਾ ਗਰੀਬੀ ਦਾ ਸੰਤਾਇਆ ਹੋਇਆ ਭਾਈ ਲੱਗਣੀ ਹੈ ਹੰਕਾਰੀ ਪੁਰਸ ਹੈ ਉਹ ਕਹਿੰਦਾ ਫਿਰ ਉਹਨੂੰ ਕੁਛ ਦੇ ਦੇ ਮੋੜ ਦੇ ਕਹਿੰਦਾ ਹਜੇ ਨਹੀਂ ਉਹਨੂੰ ਦਿੰਦੇ ਇਹ ਦੇਖਣ ਲਈ ਵੀ ਲੈਣ ਵਾਲਾ ਹੈਗਾ ਕਿ ਨਾ ਕੁਛ ਕਹਿੰਦਾ ਫਿਰ ਮਗਰ ਜੀ ਇਹਨਾਂ ਦਾ ਸਰਦਾ ਨਹੀਂ ਮੈਂ ਕਹਿੰਦਾ ਮਗਰ ਮੈਂ ਛਿੜਤੀ ਕਣਕ ਭਾਈ ਕਣਕ ਇਹਨਾਂ ਦੇ ਹੈਗੀ ਆ ਘਰੇ ਜਦੋਂ ਤੂੜੀ ਤੱਪਾ ਪਾਉਣਗੇ ਡੰਗਰਾਂ ਨੂੰ ਕਣਕ ਇਹਨੂੰ ਉੱਥੇ ਆਜੂ ਉਹ ਕਹਿੰਦਾ ਚੰਗਾ ਭਾਈ ਉਹੀ ਗੱਲ ਜਦੋਂ ਉਹਨੇ ਉਹਦੇ ਘਰ ਵਾਲੀ ਲੱਗੀ ਤੂੜੀ ਪਾਉਣ ਕਣਕ ਦੀ ਬੋਰੀ ਪਈ ਉਹਨੇ ਖਿੱਚ ਕੇ ਉਹਦਾ ਪੀਣਾ ਕਰਾ ਲਿਆ ਉਹਨੇ ਭਾਈ ਦਿਲਾ ਤੁਰਿਆ ਫਿਰਦਾ ਰਿਹਾ ਨਾਲ ਕੋਈ ਸਮਾਂ ਲੰਘ ਗਿਆ ਨਾ ਤਾਂ ਕੁਛ ਮੰਗ ਸਕੀ ਜਿੱਥੇ ਬੈਠਾ ਕਰ ਉੱਥੇ ਬਹਿ ਜਾ ਕਰੀ ਉਹ ਕਹਿੰਦਾ ਵੀ ਭਾਈ ਹੁਣ ਤਾਂ ਕਹਿੰਦਾ ਬਾਬਾ ਜੀ ਇਹਨੂੰ ਤੋਰ ਦਿਓ ਘਰ ਨੂੰ ਬਹੁਤ ਚਿਰ ਹੋ ਗਿਆ ਫਿਰਦੇ ਨੂੰ ਆਪਣੇ ਮਗਰਾਂ ਦੇ ਦਿਓ ਕੁਛ ਉਹ ਕਹਿੰਦਾ ਭਗਤਾ ਜੀ ਤੈਨੂੰ ਕਿ ਮੈਂ ਚੀਜ਼ ਦੇਵਾਂ ਹੰਕਾਰ ਤਾਂ ਨਹੀਂ ਕਰਦਾ ਕਹਿੰਦਾ ਨਾ ਜੀ ਕਹਿੰਦਾ ਹੰਕਾਰ ਕਰੇਗਾ ਮਾਰ ਪਊ ਕਹਿੰਦਾ ਨਾ ਜੀ ਮੈਂ ਕੋ ਕਰੂੰਗਾ ਕਹਿੰਦਾ ਸੁਰਮਾ ਲੈ ਜਾ ਫਿਰ ਮੈਥੋਂ ਜੇ ਕੋਈ ਬੰਦਾ ਬਿਮਾਰ ਹੋ ਜੂ
ਉਹਦੀਆਂ ਅੱਖਾਂ 'ਚ ਪਾ ਕੇ ਖੜ ਜਾ ਕਰੀਆਂ ਆਪਦੀਆਂ 'ਚ ਸੁਰਮਾ। ਜੇ ਤਾਂ ਉਹਦੇ ਜਮਜੂਤ ਪੈਰਾਂ ਵਾਲੇ ਪਾਸੇ ਹੋਣਗੇ ਤਾਂ ਕਹਿੰਦਾ ਕਰ ਪਈ ਤਾਂ ਇਲਾਜ ਕਰੋ ਬਚੂਗਾ। ਜੇ ਸਿਰ ਵਾਲੇ ਪਾਸੇ ਹੋਣਗੇ ਤਾਂ ਕਹਿੰਦਾ ਕਿ ਨਹੀਂ ਭਾਈ ਇਹ ਮਰੂਗਾ, ਉਹਦਾ ਇਲਾਜ ਨਾ ਕਰਾਇਓ। ਕਹਿੰਦਾ ਤੈਨੂੰ ਘਰੇ ਨਹੀਂ ਜਾਣ ਦਾ, ਪਹਿਲਾਂ ਮਰ ਜਾ ਕਰੂ। ਕਹਿੰਦਾ ਵੀ ਮੈਨੂੰ ਕੀ ਮਿਲੂ ਬਾਬਾ? ਕਹਿੰਦਾ ਤੈਨੂੰ ਲੋਕ ਦਾਨ ਕਰਨਗੇ, ਕੋਈ ਕਣਕ ਦਿਓ, ਕੋਈ ਕੁਛ ਦਿਓ, ਕੋਈ ਕੁਛ ਦਿਓ, ਤੇਰਾ ਚੁੱਲ੍ਹਾ ਸਿੱਖ ਦਿਓ। ਕਹਿੰਦਾ ਚੰਗਾ ਬਾਬਾ। ਉਹਨੇ ਸੋਚਿਆ ਵੀ ਤਾਂ ਸੁਰਮਿਆਂ ਵਾਲਾ ਕੰਮ ਲੋਟਾਂ ਦਾ ਕੰਮ ਨਹੀਂ ਕਰਨਾ ਪਊ। ਭਾਈ ਜਦੋਂ ਪਿੰਡ 'ਚ ਆਇਆ ਉੱਥੇ ਲਾਲਾ ਲਾਲਾ ਹੋਈ ਜਾਵੇ, ਚਾਰ ਬੰਦੇ ਖੜ੍ਹੇ ਯਾਰ, ਉਹਨੇ ਤਾਂ ਬੁੜੀ ਬਾਹਲੀ ਤੰਗ ਹੈ ਯਾਰ, ਬਾਹਲੀ ਤੰਗ ਹੈ। ਉਹ ਕਹਿੰਦਾ ਕੀ ਹੋ ਗਿਆ ਭਾਈ? ਕਹਿੰਦਾ ਫਲਾਨਾ ਦੀ ਬੁੜੀ ਬਾਹਲੀ ਤੰਗ ਹੈ ਯਾਰ। ਉਹਨੇ ਕੱਢੀ ਡੱਬੀ ਅੱਖਾਂ 'ਚੋਂ ਪਾ ਕੇ ਸੁਰਮਾ, ਜਾ ਕੇ ਖੜ ਗਿਆ ਉਹਦੇ ਕੋਈ ਪੈਰਾਂ ਵਾਲੇ ਪਾਸੇ ਜਮਜੂਤ ਖੜੀ। ਕਹਿੰਦਾ ਭਾਈ ਤੰਗ ਤੁੰਗ ਨਹੀਂ, ਇਹਨੂੰ ਚੱਕੋ, ਇਲਾਜ ਕਰਾਓ, ਠੀਕ ਹੋ ਜੂਗੀ। ਉਹਨਾਂ ਨੇ ਇਲਾਜ ਕਰਾ ਲਿਆ, ਠੀਕ ਹੋ ਗਈ ਬੁੜੀ ਤਾਂ ਲੱਗੀ ਪਾਥੀਆਂ ਪਤਾ। ਥੋੜ੍ਹੇ ਘਣੇ ਤਾਂ ਨੰਗੇ, ਕਿਸੇ ਦਾ ਬੁੜਾ ਢਿੱਲਾ ਹੋ ਗਿਆ। ਉਹ ਕਹਿੰਦੇ ਫਲਾਨਾ ਕੰਜੇ ਦਾ ਕਹਿੰਦਾ ਤੀ ਯਾਰ ਹੋ ਵੀ ਬੁੜੀ ਠੀਕ ਹੋ ਜੂ, ਇਲਾਜ ਕਰਾ ਦਿਓ। ਕਹਿੰਦਾ ਉਹਨੂੰ ਸੱਦ ਲਵਾਂ ਜਰਾ, ਉਹਦੀ ਦੱਸ ਦੂ ਉਹ ਹੁਣ ਕੀ ਭਾਈ। ਜਦੋਂ ਪਾਇਆ ਸੁਰਮਾ ਨੇ ਅੱਖਾਂ ਵਾਲੇ ਅੱਖਾਂ 'ਚ ਉਹਨੇ ਆਪਦੀਆਂ 'ਚ ਉਹਦੇ ਬੁੜੇ ਦੇ ਸਿਰ ਵਾਲੇ ਪਾਸੇ ਖੜ੍ਹੇ ਜਮਜੂ ਤੋਂ। ਕਹਿੰਦਾ ਵੀ ਕਿਤੇ ਨਾ ਲੈ ਜਾਓ, ਪੈਸੇ ਲਾਵੋਂਗੇ ਬੁੜਾ ਤਾਂ ਮਰੂਗਾ। ਐਂ ਕਹਿ ਅਜੇ ਘਰੇ ਹੀ ਗਿਆ, ਇਹ ਤਾਂ ਬੁੜਾ ਪੂਰਾ ਹੋ ਗਿਆ। ਬੁੜਾ ਪੂਰਾ ਹੋ ਗਿਆ, ਉਹਨਾਂ ਨੇ ਆਖਿਆ ਵੀ ਜਰਾ ਆਪਾਂ ਇਲਾਜ ਕਰਾਉਂਦੇ, ਪੈਸੇ ਲਾਉਂਦੇ, ਹੈ ਨਾ ਵੀ ਜਰ ਗਰੀਬ ਬੰਦਾ, ਦੋ ਬੋਰੀਆਂ ਕਣਕ ਦੀਆਂ ਦੇ ਕੇ ਉਹਨੂੰ ਕੋਈ ਗੁੜ ਚਾਹ ਦਵਾ ਕੇ। ਉਹਦਾ ਤਾਂ ਚੱਲ ਪਿਆ ਜਗਾੜ ਭਾਈ, ਕਈ ਚਾਂਸਾਂ 'ਤੇ ਜਾਂਦਾ ਰਿਹਾ, ਅਗਲਾ ਉਹਨੂੰ ਭਾਈ ਕੁਛ ਨਾ ਕੁਛ ਦਿੰਦਾ ਰਿਹਾ। ਇੱਕ ਦਿਨ ਕੀ ਹੋਇਆ, ਆਪ ਢਿੱਲਾ ਹੋ ਗਿਆ। ਕਿਉਂ ਆਪ ਢਿੱਲਾ ਤਾਂ ਹੋ ਗਿਆ? ਹੰਕਾਰ ਕਰ ਗਿਆ ਵੀ ਲੋਕ ਮੈਨੂੰ ਸੱਦਣ ਆਉਂਦੇ ਨੇ, ਵੀ ਮੈਂ ਤਾਂ ਬਾਹਲਾ ਵੱਡਾ ਵਿਦਵਾਨ ਹੈ। ਆਹ ਹੰਕਾਰ ਹੋ ਗਿਆ ਢਿੱਡ 'ਚ, ਹੁਣ ਆਪ ਢਿੱਲਾ ਹੋ ਗਿਆ। ਜਦੋਂ ਨੇ ਅੱਖਾਂ 'ਚ ਪਾਇਆ ਸੁਰਮਾ, ਉਹਦੇ ਪੈਰਾਂ ਵਾਲੇ ਪਾਸੇ ਖੜ੍ਹੇ ਜਮਜੂ ਤੋਂ, ਹੁਣ ਤਾਂ ਕੜਕਾਂ ਨੇ ਦੂਜੇ ਪਾਸੇ ਕਰ ਲਏ। ਉਹ ਦੂਜੇ ਜਿੱਧਰ ਉਹ ਭਾਈ ਕਰਿਆ ਕਰੋ, ਤਾਂ ਸਿਰੀ ਨਾ ਕਰਿਆ ਕਰੇ। ਸਿਰ ਤੋਂ ਬਿਨਾਂ ਜਮਜੂ ਤਾਂ ਜਾਨ ਨਹੀਂ ਕੱਢਦਾ, ਜਾਨ ਅੱਖਾਂ 'ਤੇ ਮੂੰਹ ਵਿੱਚ ਨਹੀਂ ਕੱਢਦਾ ਹੁੰਦਾ। ਉਹ ਭਾਈ ਲੱਗਦਾ ਕਿ ਵੀ ਬੜਾ ਸਿਆਪਾ ਛੱਡਿਆ। ਮੁੜ ਕੇ ਕਹਿੰਦੇ ਜੀ ਉਹ ਤਾਂ ਸਾਡੇ ਕਿ ਨਹੀਂ ਸਿਰੀ ਨਹੀਂ ਕਰਦਾ। ਕਹਿੰਦਾ ਭਾਈ ਇਹ ਤਾਂ ਫਿਰ ਬਾਬੇ ਨਾਨਕ ਨੇ ਸੁਰਮਾ ਦਿੱਤਾ ਤਾਂ ਕੰਮ ਗਲਤ ਹੈ, ਲਿਆਉਣਾ ਜ਼ਰੂਰ ਹੈ ਉਹ। ਕਹਿੰਦਾ ਕਿਉਂ? ਹੰਕਾਰ ਦਾ ਰੱਬ ਦਾ ਵੈਰ ਹੈ, ਕਹਿੰਦਾ ਹੰਕਾਰ ਕਰੀ ਖੜਾ, ਲਿਆਉਣਾ ਭੁਣ ਪਊ। ਕਹਿੰਦਾ ਐਂ ਕਰੋ ਭਾਈ, ਚਾਰ ਜਣੇ ਵਗ ਜਾਓ। ਉਹ ਤਾਂ ਚਾਰ ਜਮਜੂਤ ਆ ਗਏ, ਦੋ ਜਮਜੂਤ ਜਾਣ ਕੱਢਦੇ ਹੁੰਦੇ, ਇੱਕ ਦੱਬਦਾ ਹੁੰਦਾ, ਇੱਕ ਜਾਣ ਕੱਢਦਾ ਹੁੰਦਾ। ਕਿਉਂਕਿ ਜਦੋਂ ਉਹਨੇ ਭਾਈ ਜਮਜੂਤ, ਉਹਨੇ ਆਖਿਆ ਵੀ ਚਾਰ ਆ ਗਏ, ਦੋ ਮੰਜੇ ਫਿਰ ਪਾਸੇ ਵਿਹਲੇ ਨੇ। ਮੁੰਕ ਉਹ ਜਦੋਂ ਐਂ ਤੈਂ ਖੜ ਗਏ, ਉਹ ਦੂਜੇ ਪਾਸੇ ਹੋ ਗਿਆ। ਗੱਲ ਮੁੱਕਦੀ ਕਰੋ, ਫਿਰ ਮੁੜ ਗਏ, ਕਹਿੰਦੇ ਜੀ ਉਹ ਤਾਂ ਲੋਟ ਹੀ ਨਹੀਂ ਹੁੰਦਾ। ਕਹਿੰਦਾ ਐਂ ਕਰੋ, ਅੱਠ ਜਾਓ ਯਾਰ। ਹੁਣ ਚਾਰ ਸਪੇਰੇ ਹੋ ਗਏ ਮੰਜੇ ਦੇ, ਉਹਨੇ ਤਾਂ ਪਿਆ ਅਲਾ ਕੋਟ ਖੜਾ ਕਰ ਲਿਆ, ਲੱਤਾਂ ਤਾਹਾਂ 'ਤੇ ਸਿੱਟਾਂ ਹਾਂ, ਸਿਰ ਫਿਰ ਉਹਨਾਂ ਕਿ ਨਹੀਂ ਕਰਿਆ। ਇਤਨਾ ਉਹਦੇ ਘਰ ਵਾਲੀ ਆ ਗਈ, ਉਹਦੇ ਘਰ ਵਾਲੀ ਕਹਿੰਦੀ ਵੇ ਕੱਲ੍ਹ ਦਾ ਕਹਿੰਦਾ ਬਿਮਾਰ ਹੈ, ਬਿਮਾਰ ਹੈ, ਕਿਹੜਾ ਬਿਮਾਰ ਹੈ, ਤਾਂ ਬੰਜ ਖੜਾ ਹੀ ਖੜਾ। ਉਹਨੇ ਬਥੇਰਾ ਕੀ ਜਾਵੇ, ਦੂਰ ਰਹਿ ਮੈਂ ਤੋਂ, ਦੂਰ ਰਹਿ ਦੂਰ ਰਹਿ। ਉਹ ਕਾਹਨੂੰ ਸੁਣਦੀ ਆ ਭਾਈ, ਕੋਲੇ ਰੋਟੀ ਵਾਲੀ ਸਾੜੀ ਚੱਕੀ ਹੈ, ਉਹਨੇ ਤਾਂ ਅੱਗੇ ਧੱਕਾ ਦਿੱਤਾ, ਉਹਨਾਂ ਕਿ ਨਹੀਂ ਸਿਰ ਹੋ ਕਹਿੰਦੇ ਜਾਣ ਕੱਢ ਲਈ। ਮਰਦਾ ਮਰਦਾ ਕਹਿੰਦਾ ਤੈਂ ਮਰਵਾਤਾ, ਇਹਨਾਂ ਤੋਂ ਨਹੀਂ ਮਰਦਾ ਮੈਂ। ਕਹਿੰਦੀ ਕਿਉਂ? ਕਹਿੰਦਾ ਹਾਂ। ਕਹਿੰਦੀ ਚੰਗਾ, ਜੇ ਮੈਥੋਂ ਤਾਂ ਹੁਣ ਗਲਤੀ ਹੋਣ ਵਾਲੀ ਹੋ ਗਈ। ਕਹਿੰਦਾ ਬਸ ਹੁਣ ਤਾਂ ਹੋ ਗਈ, ਜਿਹੜਾ ਹੁਣ ਦੀ ਸਾਂਭ ਕਰਦਾ। ਚੱਲ ਭਾਈ ਇਹਦਾ ਕੱਟ। ਇੱਕ ਭਾਈ ਪੰਡਿਤ ਸੀਗਾ, ਉਹ ਮੰਨ ਕੇ ਚੱਲ ਕੁੜੀ ਕੋਲ ਨਾ ਗਊ ਛੱਡਣ ਜਾਣਾ ਸੀ ਦੁੱਧ ਖਾਤਰ। ਮੇਰੇ ਵਰਗਾ ਤਾਂ ਕੋਈ ਸ਼ਰਾਬੀ ਖਰਾਬੀ ਪਿੰਡ 'ਚ ਰਹਿੰਦਾ, ਉਹਦੇ ਕੋਲ ਵੱਗ ਗਿਆ। ਕਹਿੰਦਾ ਵੀ ਮੇਰਾ ਗਊ ਛਡਾਇਆ, ਕੀ ਲਵੇਂਗਾ? ਕਹਿੰਦਾ ਵੀ ਕੁਛ ਨਹੀਂ ਲੈਂਦਾ ਮੈਂ ਤਾਂ, ਹੱਥ ਨੇ ਜਿਹੜਾ ਕੁਛ ਮੰਗੂੰਗਾ ਉਹ ਦੇ ਦੀ। ਉਹਨੂੰ ਐਂ ਦੀ ਵੀ ਹੱਥ ਨੇ ਵਧੀਆ ਭੂਆ ਦਾਰੂਗਾ ਪੀਊਗਾ, ਹੋਰ ਕੀ ਲਊਗਾ। ਅਤੇ ਉਹਨੇ ਆਖਿਆ ਵੀ ਆਪਾਂ ਦਾਰੂ ਨਹੀਂ ਪੀਣੀ, ਨਹੀਂ ਦਿੰਦੇ ਆਪਾਂ ਨੂੰ, ਰੱਬ ਦੇ ਘਰ ਦੇ ਸੁਣਾ ਦਿਆਂਗੇ। ਹੁਣ ਪੰਡਿਤ ਤਾਂ ਆਪਦੀਆਂ ਗੱਲਾਂ 'ਚ ਦੀਗਾ, ਉਹਨੇ ਭਾਈ ਕੀ ਕੀਤਾ, ਤੁਰਿਆ ਗਿਆ ਗਊ ਲਈ। ਪੰਡਿਤ ਦੀ ਫੜੀ ਉਹ ਮਗਰ ਹੱਕੀ ਆਵੇ,
ਪੰਡਤ ਨੇ ਛੇੜ ਲਈ ਆਪਦੀ ਰੱਬ ਦੇ ਘਰ ਦੀ, ਫਲਾਨਾ ਆਇਆ ਹੋਇਆ ਢਮਕਾ ਆਇਆ ਹੋਇਆ ਪਰਮਾਤਮਾ ਦੀਆਂ ਗੱਲਾਂ ਲਾਈਆਂ ਭਾਈ, ਉਹਨੂੰ ਪਊਗੀ ਅਸਰ ਨਾ। ਜਦੋਂ ਵੱਜ ਗਏ ਚਾਰ ਕ, ਉੱਧਰੋਂ ਮੁੜੇ ਆਉਂਦੇ ਨੇ, ਚਾਰ ਪੰਜ ਵੱਜ ਗਏ, ਕਹਿੰਦਾ ਲੈ ਮੇਰਾ ਤਾਂ ਹੁਣ ਟਾਈਮ ਹੋਇਆ ਰੱਬ ਯਾਦ ਕਰਨ ਦਾ, ਤੂੰ ਤਾਂ ਤੜਕੇ ਤਾਂ ਨਹੀਂ ਖੱਪੀ ਜਾਂਦੇ। ਕਹਿੰਦਾ ਹਾਂ। ਕਹਿੰਦਾ ਆ ਗਿਆ ਠੇਕਾ ਫੜਾ ਪੈਸੇ ਜਿਹਦੇ ਨਾਲ ਗੱਲ ਕਰੀ ਤੀ। ਹੁਣ ਕਿਸੇ ਰਾਬੀ ਨੇ ਭਾਈ ਫੜ ਕੇ ਉਹਦੇ ਪੈਸੇ ਲੈ ਕੇ ਆਪਦਾ ਦੀਆ, ਬਾਕੀ ਇਹਨਾਂ ਨੇ ਪੈਸੇ ਮੋੜਨੇ ਤੇ ਪੰਡਿਤ ਫੜਨ ਲੱਗਿਆ। ਕਹਿੰਦਾ ਵਾਹ ਬਾਬਾ ਤੇਰੇ ਐਡਾ ਵੱਡਾ ਵਿਦਮਾਨ, ਤੂੰ ਬੰਦਾ ਠੇਕੇ 'ਚ ਪੈਸੇ ਫੜਦਾ ਸੋਹਣਾ ਲੱਗਦਾ, ਲੋਕ ਕਹਿਣਗੇ ਪੰਡਿਤ ਦਾਰੂ ਪੀਂਦੇ। ਹੁਣ ਵੀ ਪਿੱਛੇ ਟਾਕ ਆਪ ਫੜ ਦੇ ਉੱਤੋਂ ਪਿਛੜੇ ਰਹਿੰਦੀ, ਕਿਉਂਕਿ ਉਦੋਂ ਹੈ ਜੀ ਟਾਈਮ ਦੀਗਾ ਜਿਹਾ ਜਿਹਾ ਪੰਜੇ ਸਿੱਕੇ ਦਾ ਉਹਨੂੰ ਲੈਤਾ, ਥੋੜ੍ਹੇ ਕਹਿੰਦੇ ਤੂੰ ਤੁਰਿਆ ਆ, ਫਿਰ ਉਹ ਲੱਗ ਗਿਆ ਸੁਣਾਉਣ ਆਪ ਜਣੀਆਂ, ਫਲਾਨੇ ਸਮੇਂ ਗਏ ਸੀ ਵਿਆਹ 'ਚ ਇੰਨੀ ਪੀਤੀ, ਢਿਮਕੇ ਸਮੇਂ ਗਏ ਸੀ ਇੰਨੀ ਪੀਤੀ, ਪੜ੍ਹ ਤੇ ਰੱਖ ਵੀ ਤਾਂ ਮੇਰੇ ਤਾਂ ਗੱਲ ਅਸਰ ਹੀ ਨਹੀਂ ਕਰੇ ਨਾ ਤਾਂ ਕੋਈ, ਮੈਂ ਤਾਂ ਇਵੇਂ ਤੜਕੇ ਤਰ੍ਹਾਂ ਪਲੀ ਤੁਰ ਫਿਰਦੇ। ਚੱਲ ਭਾਈ ਜਦੋਂ ਨੇੜੇ ਆ ਗਏ, ਇੱਕ ਦੋ ਪਿੰਡ ਦਾ ਰਹਿ ਗਿਆ ਮੰਨ ਕੇ ਚੱਲ, ਵੀ ਜਿਵੇਂ ਹੁਣ ਸਾਡੇ ਪਿੰਡ ਨੂੰ ਕੋਟ ਜਾਣਾ ਹੋਵੇ ਡਿੱਗ ਦੂਰ ਆ ਗਏ, ਹਨਾ ਕਿ ਵੀ ਮੂਹਰੇ ਠੇਕਾ ਫੇਰ ਆ ਗਿਆ, ਉਹਨੇ ਆਖਿਆ ਵੀ ਹੁਣ ਵਧੀਆ ਇਕੱਠਾ ਫੇਰ ਲੈ ਲਈਏ, ਵੀ ਕੱਚੇ ਨਾ ਰਹੇ ਜੀ, ਵਧੀਆ ਉਹਨੇ ਫੇਰ ਲੈ ਲਿਆ। ਪੀ ਕੇ ਜਦੋਂ ਅੱਧ ਜੇ ਚਬਾ ਕੇ ਹੋ ਗਿਆ ਨਸ਼ਾ, ਕੋਈ ਉਹਦਾ ਪਹਿਲਾਂ ਪੀਤਾ ਦੀ ਹੋਰ ਪੀ ਲਿਆ, ਜਦੋਂ ਬੋਤਲ ਪੀ ਨਸ਼ਾ ਹੋ ਗਿਆ ਉੱਥੇ ਜਾ ਕੇ ਬਹਿ ਗਿਆ। ਪੰਡ ਕਹਿੰਦਾ ਚੱਲ ਚੱਲੀਏ ਪਤੰਦਰਾ, ਕਹਿੰਦਾ ਕੂਨਾ ਚੱਲਦੇ ਹੈ, ਚੱਲਦੇ ਕਰਦਾ ਕਰਦਾ ਟੇਢਾ ਹੋ ਗਿਆ, ਹੁਣ ਸ਼ਰਾਬੀ ਖਰਾਬੀ ਦਾ ਕੀ ਹੁੰਦਾ, ਉੱਥੇ ਪੈ ਗਿਆ ਉਹ ਤਾਂ ਅੱਧੀ ਰਾਤ ਹੋ ਗਈ, ਹਨੇਰਾ ਹੋ ਚੱਲਿਆ। ਪਰ ਸੋਚਿਆ ਵੀ ਜੇ ਹੁਣ ਛੱਡ ਕੇ ਜਾਂਦੇ ਹਾਂ ਘਰੇ ਇੱਥੇ ਨੂੰ, ਤਾਂ ਇਹਦੇ ਘਰ ਦੇ ਆਖਣ ਸਾਡਾ ਬੰਦਾ ਤੇ ਤੂੰ ਗਈ ਛੱਡਣ ਗਿਆ ਤੀ ਨਾਲ ਗਿਆ ਤੇਰੇ, ਇਹਦਾ ਕੀ ਪਤਾ ਸੀ ਕੋਈ ਉੱਤੇ ਉੱਤੇ ਚੜ੍ਹ ਜਾਏ ਜਾਂ ਕੋਈ ਮਾਰ ਦੇ ਨੂੰ, ਪੰਡਤ ਦਾ ਵੀ ਸਿਰਾਣੇ ਬੈਠਣਾ ਪੈਗਾ ਉਹਦੇ, ਜਾਂ ਰੱਬ ਦਾ ਨਾਉਣ ਦਿੱਤੀ। ਇਤਨੇ ਉੱਧਰੋਂ ਵੀ ਤੇਰੇ ਵਰਗਾ ਹੋਰ ਆਉਂਦਾ ਪਿੰਡ ਦਾ ਉਤਰਿਆ, ਉਹ ਕਹਿੰਦਾ ਫਲਾਨਾ ਸਿਆ, ਕਹਿੰਦਾ ਹਾਂ, ਕਹਿੰਦਾ ਇਹਨੂੰ ਲੈ ਕੇ ਚੱਲ ਨਾਲ ਮੇਰੇ ਘਰੇ ਛੱਡ ਕੇ ਜੀ, ਕਹਿੰਦਾ ਇਹਦੇ ਵਰਗਾ ਹੋਤਾ ਜਾਵਾਂ ਮੈਂ, ਕਹਿੰਦਾ ਕਿਉਂ, ਕਹਿੰਦਾ ਮੇਰੇ ਕੋਲ ਪੈਸੇ ਘੱਟ ਨੇ, ਜੇ ਤਾਂ ਛੇਤੀ ਜਾਣਾ ਤਾਂ ਮੈਨੂੰ ਪੈਸੇ ਦੇ ਦੇ, ਕਹਿੰਦਾ ਇਹਦੀ ਜੇਬ 'ਚ ਨੇ ਕੱਢ ਲੈ। ਉਹਨੇ ਕੱਢ ਲਏ ਭਾਈ, ਉਹਨੇ ਆਖੇ ਆਪਣੀ ਬੋਤਲ ਦਾ ਵਰਗਾ ਕੰਮ, ਉਹਨੇ ਪਤੰਦਰ ਨੇ ਬੋਤਲ ਲੈ ਲਈ, ਬੋਤਲ ਲੈ ਕੇ ਪੀ ਕੇ ਰੱਖ ਕੇ ਉਹ ਬਹਿ ਗਿਆ ਆਗਦੇ ਕੋਲ ਆ ਕੇ, ਕਹਿੰਦਾ ਹੁਣ ਦੱਸ ਕੀ ਗੱਲ ਹੈ, ਕਹਿੰਦਾ ਇਹਨੂੰ ਲੈ ਕੇ ਚੱਲਣਾ, ਕਹਿੰਦਾ ਕੁੰਨ ਲੈ ਚੱਲਦੇ ਹਾਂ, ਮਾੜਾ ਤੁਰਦੇ ਤਾਂ ਹੋ ਜਾਈਏ, ਕਿਉਂਕਿ ਉਹ ਬੋਤਲ ਪੀਤੀ ਆ ਇਕੱਠੀ, ਦੋ ਕੁ ਮਿੰਟਾਂ 'ਚ ਉਹਨਾਂ ਨਸ਼ਾ ਜੇ ਤਾਂ ਉਹ ਪੈ ਗਿਆ ਉੱਥੇ, ਦੋਨਾਂ ਦੇ ਸਿਰਾਣੇ ਬੈਠਾ ਰਿਹਾ ਪੰਡਤ, ਦੋਨਾਂ ਦੇ ਸਿਰਾਣੇ ਬੈਠਾ ਭਾਈ, ਉਹ ਕਹਿੰਦਾ ਉਹ ਬੜਾ ਸਿਆਪਾ ਛੱਡਿਆ, ਕਹਿੰਦਾ ਮੈਨੂੰ ਤਾਂ ਹਾਂ। ਜਦੋਂ ਵੱਜ ਗਏ ਦੋ ਢਾਈ ਰਾਤ ਦੇ, ਸ਼ਰਾਬੀ ਦੀ ਖੁੱਲ੍ਹੀ ਅੱਖ, ਨਸ਼ਾ ਢਲਾ ਪਿਆ, ਕਹਿੰਦਾ ਮਾਲਕਾ ਸੱਚੇ ਪਾਤਸ਼ਾਹ ਸਤਿਗੁਰਾਂ ਤੜ ਕੱਲ੍ਹ ਨੂੰ ਫੇਰ ਦੇ ਦੀ, ਇੰਨਾ ਕੁ ਪ੍ਰੋਜਨ ਮੈਨੂੰ। ਉਹ ਜਦੋਂ 2 ਵਜੇ ਉਹਨੇ ਯਾਦ ਕਰਿਆ ਤਾਂ ਉਹਨੂੰ ਡੱਗਾ ਲੱਗਿਆ ਪਰਮਾਤਮਾ ਜੀ ਨੂੰ, ਕਿਉਂ ਉਹ ਟਾਈਮ ਹੁੰਦਾ ਰੱਬ ਨੂੰ ਯਾਦ ਕਰਨ ਦਾ, ਹੁਣ ਸਾਰਾ ਦਿਨ ਤਾਂ ਰੱਬ ਵੀ ਨਹੀਂ ਵਿਹਲਾ। ਕਹਿੰਦਾ ਓਏ ਤੁਰ ਪਏ ਭਾਈ ਤਿੰਨੇ ਜਾਣੇ, ਹੁਣ ਆ ਗਿਆ ਟਾਈਮ ਉਹ ਪੰਡਿਤ ਦਾ ਅੰਤ ਸਮਾਂ, ਪੰਡਿਤ ਨੂੰ ਲੈ ਕੇ ਜਮਜੂਤ ਖਿੱਚ ਕੇ ਲੈ ਗਏ ਤੇ ਜਮਜੂਤ ਤੇ ਭਾਈ ਦੂਜੇ ਦਿਨ ਉਹ ਸ਼ਰਾਬੀ ਦੀ ਵਾਰੀ ਤੀ, ਉਹ ਕਹਿੰਦਾ ਵੀ ਲੈ ਇੱਥੇ ਬਹਿ ਜਾ ਪੰਡਤਾ, ਤੇਰਾ ਫੈਸਲਾ ਕੱਲ੍ਹ ਨੂੰ ਕਰਾ ਗਏ ਸ਼ਰਾਬੀ ਦੇ ਸਾਹਮਣੇ, ਉਹਦੀ ਕੱਲ੍ਹ ਨੂੰ ਟਾਈਮ ਆ ਉਹਦਾ, ਹਜੇ ਟਾਈਮ ਉਹਦਾ ਰਹਿੰਦਾ। ਦੂਜੇ ਦਿਨ ਭਾਈ ਉਹਨੂੰ ਕਹਿੰਦੇ ਲੈਣ ਆ ਗਿਆ ਪਰਮਾਤਮਾ ਆਪ, ਲਿਜਾ ਕੇ ਕਹਿੰਦਾ ਵੀ ਐਂ ਆ ਤੈਨੂੰ ਸਾਰੀ ਉਮਰ ਸੁਰਗ ਹੀ ਸੁਰਗ ਹੈ, ਉਹਨੂੰ ਸ਼ਰਾਬੀ ਨੂੰ ਕਹਿੰਦਾ ਧਰਮ ਰਾਜ, ਕਹਿੰਦਾ ਵੀ ਲੈ ਪੰਡਤ ਤੈਨੂੰ ਨਰਕ ਹੈ। ਕਹਿੰਦਾ ਪਤੰਦਰਾ ਇਹ ਦਾਰੂ ਪਿਆਲਾ ਪੀਂਦਾ ਬੰਦਾ, ਮੈਂ ਦਾਰੂ ਦੇ ਹੱਥ ਨਹੀਂ ਲਾਉਂਦਾ, ਮੈਂ ਸਾਰਾ ਦਿਨ ਰੱਬ ਨੂੰ ਯਾਦ ਕਰਦਾ। ਕਹਿੰਦਾ ਰੱਬ ਨੂੰ ਯਾਦ ਕਰਦਾ ਕਰਦਾ ਵਿੱਚ ਗਾਈਆਂ ਮੱਸਾਂ ਲੈਣ ਲੱਗ ਜਾਂਦਾ ਨਾ, ਇੱਕ ਵਾਰਾ ਯਾਦ ਕਰਦਾ ਰਾਤ ਨੂੰ 2 ਵਜੇ ਹਰ ਰੋਜ਼, ਵੀ ਮਾਲਕਾ ਸੱਚੇ ਪਾਤਸ਼ਾਹ ਖਾਣ ਜੋਗਰ ਉਹਨੀ ਦੇ ਦੀ, ਇਹ ਵੱਧ ਮੰਗਦੀ। ਕਹਿੰਦਾ ਲੈ ਭਰਾਵਾ ਗੱਲ ਸੁਣ ਲੈ, ਇੱਕ ਘੜੀ ਹੈ ਤੇਰੀ,
ਉਹ ਵੀ ਜਿਹੜੀ ਤੇ ਇਹਦੇ ਨਾ ਸੁਣ ਲਈ ਇਹਦੇ ਮੂੰਹੋਂ ਜਦੋਂ ਨਾ ਤੜਕ 2 ਵਜੇ ਰੱਬ ਯਾਦ ਕਰਿਆ ਨਾ ਵੀ ਮਾਲਕਾ ਸਤਿਗੁਰਾਂ ਸੱਚੇ ਪਾਤਸ਼ਾਹ ਮੈਨੂੰ ਹੱਥਾਂ ਦਾ ਪ੍ਰੋਜਨ ਦੇ ਦੀ, ਉਦੋਂ ਕਹਿੰਦਾ ਤੇਰੇ ਕੰਨਾਂ 'ਚ ਗੱਲ ਪਈ ਆ ਉਹ ਇੱਕ ਘੜੀ ਆ ਤੇਰੇ ਕੋਲ, ਪਹਿਲਾਂ ਲੈਣੀ ਆ ਕਿ ਮਗਰੋਂ? ਉਹਨੇ ਮੇਰੇ ਵਰਗੇ ਸ਼ਰਾਬੀ ਨੇ ਬੈਠੇ ਦੇ ਤੇ ਕੂਣੀ ਮਾਰੀ, ਕਹਿੰਦਾ ਪਹਿਲੀ ਮੰਗ ਲੈ। ਉਹਨੇ ਵੀ ਪਹਿਲਾਂ ਮੰਗ ਲਈ, ਉਹਨੇ ਤਾਂ ਪਹਿਲੀ ਮੰਗੀ, ਉਹਨੂੰ ਫਿਰ ਹਾਰ ਕੇ ਦੇਣੀ ਪੈ ਗਈ ਉਹ ਪਰਮਾਤਮਾ ਨੇ, ਫਿਰ ਇੱਕ ਘੜੀ ਉਹ ਸ਼ਰਾਬੀ ਦੇ ਕਿਸੇ ਤੋਂ ਉਹਨੂੰ ਦਿੱਤੀ। ਚੱਲ ਕੱਟ ਦਿਓ ਹਾਂ।